ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਸਾਰੇ ਦੋਸਤ ਭਾਈ ਠੀਕ ਹੋਣਗੇ। ਦੋਸਤੋ, ਟਾਈਮ ਹੋ ਰਿਹਾ 3:30 ਤੋਂ 4 ਵਜੇ ਤੱਕ। ਗਰਮੀ ਬਹੁਤ ਜ਼ਿਆਦਾ, ਸੂਰਜ ਲੰਬ ਕੱਢਣ ਡਿਆ, ਲੇਕਿਨ ਅਗਰ ਤੁਸੀਂ ਆਪਣੀ ਡਰੀਮ ਬੋਡੀ ਅਚੀਵ ਕਰਨੀ ਹੈ, ਅਗਰ ਤੁਹਾਡੀ ਜਿਮ ਦਾ ਜਨੂੰਨ ਹੈ, ਤਾਂ ਫਿਰ ਇਸ ਨੂੰ ਸਭ ਕੁਝ ਇਗਨੋਰ ਕਰਨਾ ਪੈਣਾ, ਇਸ ਗਰਮੀ ਨੂੰ ਸਹਿਣਾ ਪੈਣਾ। ਖੈਰ, ਮੈਂ ਬਾਹਰ ਆਇਆ, ਆ ਕੇ ਪਹਿਲੇ ਲਈ ਕੌਫੀ ਲੈ ਕੇ ਮੁੜ ਕੇ ਪੀਂਦੇ ਹੋਏ ਪਹੁੰਚਿਆ ਜਿਮ। ਜਿਮ ਪਹੁੰਚਦੇ ਤੋਣੀ ਗਰਮੀ ਨੇ ਬਸ ਜਿਹੜੀ ਨਾ ਮੱਤ ਮਾਰਤੀ ਸੀ। ਜਿਮ ਪਹੁੰਚ ਕੇ ਦੇਖਿਆ ਤਾਂ ਕੋਈ ਬੰਦਾ ਨਹੀਂ ਹੈ, ਅੱਜ ਤਾਂ ਜਿਮ ਦੇ ਵਿੱਚ ਨਾ ਕੋਈ ਬੰਦਾ ਨਾ ਕਿਤੇ ਬੰਦੇ ਆਜ਼ਾਦ, ਸਿਰਫ 2 ਬੰਦੇ ਨੇ ਹੈ। ਖੈਰ, ਦੋਵਾਂ ਦੇ ਵਿੱਚੋਂ ਵੀ ਇੱਕ ਵਰਕਆਊਟ ਕਰਨ ਆਉਂਦਾ, ਇੱਕ ਇਹਦੇ ਨਾਲ ਵੈਸੇ ਗੱਪਸ਼ਪ ਕਰਨ ਵਾਸਤੇ ਆਉਂਦਾ, ਉਹ ਬੈਠਾ ਹੋਇਆ ਗੱਪਸ਼ਪ ਕਰਨ ਵਾਸਤੇ, ਅਤੇ ਦੂਸਰਾ ਵਰਕਆਊਟ ਕਰਨ ਡਿਆ ਕਿਉਂਕਿ ਅੱਜ ਦਾ ਦਿਨ ਹੈਗਾ ਹਫ਼ਤੇ ਦਾ, ਅਤੇ ਹਫ਼ਤੇ ਵਾਲੇ ਦਿਨ ਲੈਗ ਲਾਉਣੀ ਹੁੰਦੀ ਤਾਂ ਸਾਰਿਆਂ ਦੀ ਪਾਰਟ ਦੀ ਹੈ। ਖੈਰ, ਇੱਥੇ ਤਾਂ ਮੇਰੀ ਵੀ ਪਾਰਟ ਦੀ ਪਈ, ਲੈਗ ਲਾਉਣਾ ਬਹੁਤ ਮੁਸ਼ਕਿਲ ਹੈ। ਖੈਰ, ਸਭ ਤੋਂ ਪਹਿਲੇ ਵਾਰਮ ਅਪ ਕੀਤਾ, ਵਾਰਮ ਅਪ ਦੇ ਵਿੱਚ ਸਾਈਕਲ ਚਲਾਈ, ਸਾਈਕਲ ਚਲਾਉਣ ਤੋਂ ਬਾਅਦ ਫਿਰ ਰਨਿੰਗ ਕੀਤੀ 10 ਤੋਂ 15 ਮਿੰਟ, ਅਤੇ ਆਪਣਾ ਕਿਉਂਕਿ ਲੈਗ ਗਿਆ, ਅਤੇ ਲੈਗ ਗਲ ਦੇਣ 'ਤੇ ਜਿੰਨਾ ਅੱਛਾ ਵਾਰਮ ਅਪ ਹੋਵੇ ਉਨਾ ਹੀ ਜ਼ਿਆਦਾ ਜਿਹੜਾ ਨਾ ਤੁਹਾਡੀ ਹੈਲਪ ਕਰਦਾ ਵਰਕਆਊਟ ਕਰਨ ਦੇ ਵਿੱਚ। ਕਿਉਂਕਿ ਅਗਰ ਤੁਸੀਂ, ਪਹਿਲੀ ਗੱਲ ਹੈ ਕਿ ਵਾਰਮ ਅਪ ਅੱਛਾ ਨਹੀਂ ਹੋਏਗਾ ਤਾਂ ਤੁਹਾਡਾ ਵਰਕਆਊਟ ਕਦੀ ਵੀ ਅੱਛਾ ਨਹੀਂ ਹੋਏਗਾ, ਸਮਝ ਲਓ ਕਿ ਇੰਜਰੀ ਕਨਫਰਮ ਹੈ। ਦੂਸਰੇ ਜਿਹੜੇ ਕਰੋਗੇ ਉਹਦੇ ਵਿੱਚ ਤਾਂ ਫਿਰ ਵੀ ਬਚਤ ਹੈ, ਲੈਗ ਦੇ ਵਿੱਚ ਤਾਂ ਕੋਈ ਬਚਤ ਨਹੀਂ ਪਾਈ, ਅਤੇ ਇੰਜਰੀ ਇੱਕ ਪਹਿਲੇ ਲਈ ਫਿਰਦਾ ਤਾਂ ਉਹ ਤੁਹਾਡੇ ਤੋਂ ਨਹੀਂ ਪਛਤਾਵਾ ਨਹੀਂ ਮੇਰਾ ਜਾਣ ਡਿਆ, ਅਤੇ ਹੋਰ ਸਹਿਣ ਦੀ ਹਿੰਮਤ, ਹੋਰ ਹਿੰਮਤ ਨਹੀਂ ਹੈ ਮੇਰੇ ਕੋਲ, ਅਤੇ ਉਹਦੇ ਨਾਲ ਹੀ ਭਾਈ ਸਭ ਤੋਂ ਪਹਿਲੇ ਵਾਰਮ ਅਪ ਕੀਤਾ ਅੱਛੀ ਤਰ੍ਹਾਂ, ਉੱਠਕ ਬੈਠਕ ਲਗਾਈ ਹੈ, 20-20 ਦੇ 3 ਸੈੱਟ ਲਾਏ ਨੇ, ਅਤੇ ਵੈਸੇ ਜਿਹੜਾ ਹੈਗਾ ਵਾਰਮ ਅਪ ਕਰਦੇ ਕਰਦੇ ਹੀ ਬਸ ਹੋ ਗਈ ਸੀ, ਪਰਸੀਨੋ ਪਰਸੀਨ ਹੋ ਗਿਆ ਸੀ, ਕਿਉਂਕਿ AC ਵੀ ਟੋਟਲ ਚਲਾਏ ਹੋਏ ਸਨ 3, ਬਾਕੀ AC ਜਿਹੜੇ ਹੈਗੇ ਨੇ 6 ਪੂਰੇ ਚੱਲਦੇ ਨੇ, 6 ਵਜੇ ਤੋਂ ਬਾਅਦ 3 AC ਚੱਲਦੇ ਨੇ, ਪਹਿਲੇ ਆਵਾਮ ਦੀ ਘੱਟ ਜ਼ਿਆਦਾ ਆਉਂਦੇ ਨੇ 6-7 ਵਜੇ। ਫਿਰ ਸਭ ਤੋਂ ਪਹਿਲੇ ਲਾਈ ਸਕੋਡ ਮੈਂ ਲਾ ਰਿਹਾ ਤਕਰੀਬਨ ਕੋਈ 4 ਤੋਂ 5 ਮਹੀਨਿਆਂ ਬਾਅਦ, ਪਹਿਲੇ ਮੈਂ ਲਾਈ ਕੋਈ ਨਹੀਂ, ਕਿਉਂਕਿ ਤੁਹਾਨੂੰ ਦੱਸਿਆ ਸੀ ਪਹਿਲੇ ਜਿਹੜੀ ਉਹ ਇੰਜਰੀ ਹੋਈ ਉਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਪੇਨ ਹੁੰਦਾ ਸੀ ਬੈਕ ਦੇ ਵਿੱਚ, ਅਤੇ ਇੰਜਰੀ ਉਹ ਮੰਨੂ ਭਾਅ ਜੀ ਨੇ ਕਦੀ ਸਕੋਡ ਲਾ ਨਹੀਂ ਦਿੱਤੀ, ਥੋੜ੍ਹੀ ਜਿਹੀ ਨਾ ਜਿਹੜੀ ਨੋਰਮਲ ਜਿਹੀਆਂ ਐਕਸਰਸਾਈਜ਼ ਆਏ ਨੇ ਲੈਗ ਦੀਆਂ ਉਹੀ ਲਾਉਂਦਾ ਸੀ, ਲੇਕਿਨ ਅੱਜ ਭਾਅ ਜੀ ਨੇ ਕਿਹਾ ਨਹੀਂ ਹੁਣ ਠੀਕ ਹੈ ਤਾਂ ਫਿਰ ਲਾ। ਸਭ ਤੋਂ ਪਹਿਲਾਂ ਸਕੋਡ ਲਾਈ ਹੈ, ਸਕੋਡ ਦੇ 3 ਸੈੱਟ ਲਾਉਣ ਤੋਂ ਬਾਅਦ ਮੁੜ ਕੇ ਡੰਬਲ ਚੁੱਕੇ ਆ, 17 ਕਿਲੋ ਦਾ ਡੰਬਲ ਲੈ ਕੇ ਫਿਰ ਜਿਹੜਾ ਨਾ ਉੱਠਕ ਬੈਠਕ ਡੰਬਲ ਵਾਲੀ ਮਾਰੀ ਹੈ। ਇਹਦੇ ਵੀ 3 ਸੈੱਟ ਨੇ, 17, 20, 22, ਵੇਟ ਵਧਾਉਂਦੇ ਜਾਣਾ ਅਤੇ ਸਟੈਪ ਘਟਾਉਂਦੇ ਜਾਣਾ, 16, 12, 10, ਅਤੇ ਇੱਥੇ ਮੇਰੀ ਹੋ ਗਈ ਸੀ ਬਸ। ਹੋਰ ਹਿੰਮਤ ਨਹੀਂ ਸੀ ਆ ਕਿ ਕੋਈ ਹੋਰ ਵੀ ਸੈੱਟ ਲਾਵਾਂ, ਲੇਕਿਨ ਲਾਣੇ ਤਾਂ ਪੈਣੇ ਸੀ, ਕਿਉਂਕਿ ਭਾਅ ਜੀ ਹੁਣੀ ਵੀ ਜਿਹੜੇ ਹੈ 5 ਦਿਨ ਤਾਂ ਬੜੇ ਅੱਛੇ ਟ੍ਰੇਨਰ ਰਹਿੰਦੇ ਨੇ, ਜਿਹੜਾ ਲੈਗ ਵਾਲੇ ਦਿਨ ਇਹ ਵੀ ਰਾਵਣ ਬਣ ਜਾਂਦੇ ਨੇ ਬਿਲਕੁਲ, ਅਗਰ ਅੱਡੀਆਂ ਮਾੜੀਆਂ ਚੁੱਕੀਆਂ ਤਾਂ ਸੈੱਟ ਦੁਬਾਰਾ ਲਾਓ। ਖੈਰ, ਮੁੜ ਕੇ ਜਿਹੜਾ ਹੈਗਾ ਸੀ ਡੰਬਲ ਖਤਮ ਕਰਨ ਤੋਂ ਬਾਅਦ ਲੈਗ ਪ੍ਰੈਸ ਲਾਈਏ, ਇਹ ਦੇਖਣ ਦੇ ਵਿੱਚ ਸਾਰੇ ਸੈੱਟ ਜਿਹੜੇ ਦੇਖਣ ਨੂੰ ਲੱਗਣਗੇ ਕਿ ਬਹੁਤ ਈਜ਼ੀ ਨੇ, ਲੇਕਿਨ ਜਿਸ ਟਾਈਮ ਇੱਥੇ ਲਾਉਂਦੇ ਹੋ ਪਤਾ ਉਸ ਟਾਈਮ ਹੀ ਲੱਗਦਾ ਪਾਈ ਹੈ, ਇਹ ਤਾਂ ਮੈਂ ਵੀਡੀਓ ਬਹੁਤ ਜ਼ਿਆਦਾ ਸਪੀਡ 'ਚ ਕੀਤੀ ਹੋਈ ਹੈ ਤਾਂ ਕਰਕੇ ਜਿਹੜਾ ਇਸ ਤਰ੍ਹਾਂ ਲੱਗ ਰਹੀ ਹੈ, ਨਹੀਂ ਤਾਂ ਬਿਲਕੁਲ ਸਲੋ ਲਾਉਣੇ ਪੈਂਦੇ ਨੇ। ਇਹ ਜਿਹੜਾ ਹੈਗਾ ਤਕਰੀਬਨ ਪਹਿਲੇ ਮੈਂ 140 ਤੱਕ ਲਾ ਲੈਂਦਾ ਸੀ, ਲੇਕਿਨ ਹੁਣ ਜਿਹੜਾ 70-80 ਤਾਂ ਬਸ ਹੋ ਜਾਂਦੀ, 70-80 ਤੋਂ ਜ਼ਿਆਦਾ ਲੱਗਦਾ ਹੀ ਨਹੀਂ ਹੈ। ਲੈਗ ਪ੍ਰੈਸ ਲਾਉਣ ਤੋਂ ਬਾਅਦ 3 ਸੈੱਟ ਹੋ ਗਏ ਸੀ, ਅਤੇ 3 ਸੈੱਟ ਹੋਰ ਰਹਿੰਦੇ ਨੇ, ਅਤੇ ਇਹ ਜਿਹੜਾ ਸੈੱਟ ਇਹਦਾ ਨਾਂ ਤਾਂ ਖੈਰ ਮੈਨੂੰ ਨਹੀਂ ਆਉਂਦਾ, ਲੇਕਿਨ ਇਹ ਲਾਉਣਾ ਵੀ ਕੋਈ ਈਜ਼ੀ ਨਹੀਂ ਹੈ। ਇਹ ਵੀ ਭਾਅ ਜੀ ਨੂੰ ਤੁਹਾਨੂੰ ਸਾਹਮਣੇ ਸ਼ੀਸ਼ੇ ਨਜ਼ਰ ਆ ਰਹੇ ਨੇ, ਪਿੱਛੇ ਹੀ ਬੈਠੇ ਨੇ, ਵੀ ਲਾਈ ਤਲਾਹ ਮੇਰਾ ਦਿਲ ਨਹੀਂ ਸੀ ਇਹਦਾ ਸੈੱਟ ਲਾਉਣ ਦਾ, ਲੇਕਿਨ ਮਜਬੂਰੀ ਹੈ, ਜਿਸ ਦਿਨ ਟ੍ਰੇਨਰ ਸਾਹਿਬ ਨੇ ਕਿਹਾ ਤਾਂ ਫਿਰ ਲਾਉਣਾ ਹੀ ਪੈਣਾ, ਔਖਾ ਸੌਖਾ ਇਹ ਲਾਇਆ। ਅਤੇ ਖੈਰ, ਉਹ ਲਾ ਕੇ ਮੁੜ ਕੇ ਇੱਧਰ ਮਸ਼ੀਨ 'ਤੇ ਪਹੁੰਚੇ, ਮਸ਼ੀਨ ਵਾਲੇ ਸੈੱਟ ਜਿਹੜੇ ਹੈਗੇ ਲਾਉਣੇ ਥੋੜ੍ਹੇ ਈਜ਼ੀ ਹੁੰਦੇ ਆ, ਅਤੇ ਲੇਕਿਨ ਇਹ ਜਿੰਨਾ ਇੱਥੇ ਈਜ਼ੀ ਹੈ, ਮੁੜ ਕੇ ਕੱਲ੍ਹ ਨੂੰ ਜਿਹੜਾ ਤੁਸੀਂ ਜਿਸ ਟਾਈਮ ਸੌ ਕੇ ਉੱਠੋਗੇ ਬੈੱਡ ਤੋਂ ਉਤਰਨਾ ਮੁਸ਼ਕਿਲ ਕਰ ਦਿੰਦਾ। ਇਹ ਕਿਸਮਤ ਮਾਰਾ ਕਿ ਮੇਰਾ ਬੈੱਡ ਵੀ ਜਿਹੜਾ ਉੱਪਰ ਲਿਆ, ਅਤੇ ਮੁੜ ਕੇ ਜਿਹੜਾ ਚੜ੍ਹਨਾ ਉੱਪਰ ਦੇ ਉੱਤਰਦੇ ਚੜ੍ਹਦੇ ਜਿਹੜੇ ਆ ਅੰਮਾ ਯਾਦ ਆ ਜਾਂਦੀ ਹੈ, ਲੇਕਿਨ ਕੀ ਕਰੀਏ, ਲੈਗ ਲਾਉਣੀ ਬਹੁਤ ਜ਼ਰੂਰੀ ਹੈ ਭਾਈ, ਕਿਉਂਕਿ ਅਗਰ ਲੈਗ ਨਾ ਲਾਈ ਤਾਂ ਲੱਤਾਂ ਪਤਲੀਆਂ ਰਹਿ ਜਾਣੀਆਂ ਨੇ, ਇਹ ਮੁਸ਼ਕਿਲ ਹੈ। ਉਸ ਤੋਂ ਬਾਅਦ ਮੁੜ ਕੇ ਜਿਹੜਾ ਹੈਗਾ ਆਖਰੀ ਸੈੱਟ ਲਾਇਆ, ਇਹ ਵਾਲਾ ਪਿੰਨੀਆਂ ਵਾਸਤੇ ਹੁੰਦਾ, ਖੈਰ ਇਹਦਾ ਨਾਂ ਕੀ ਮੈਨੂੰ ਇਹ ਵੀ ਨਹੀਂ ਪਤਾ ਹੈ, ਅਤੇ ਪਿੰਨੀਆਂ ਵਾਸਤੇ ਇਹ ਜਿਹੜਾ ਹੈਗਾ ਚੰਗਾ ਜੋੜ ਕੇ ਸੈੱਟ ਲਾਇਆ, ਇਹਦੀ ਵੀ ਸਪੀਡ ਵਧਾਈ ਹੈ ਤਾਂ ਕਰਕੇ ਲੱਗ ਰਿਹਾ ਬਹੁਤ ਸਪੀਡ ਨਾਲ ਲਾਇਆ, ਲੇਕਿਨ ਸਲੋ ਲਾਉਣਾ ਪੈਂਦਾ। ਅਤੇ ਵਰਕਆਊਟ ਕਰਕੇ ਲੱਤਾਂ ਜਿੰਨਾ ਦਰਦ ਸੀ ਕਿ ਮੈਂ ਰੂਮ ਤੱਕ ਵੀ ਨਹੀਂ ਸੀ ਜਾ ਸਕਦਾ, ਬਰਲ ਲਾਇਆ। ਓਕੇ ਜੀ, ਅੱਲਾ ਹਾਫਿਜ਼।